ਸਤਿ ਸ਼੍ਰੀ ਅਕਾਲ ਜੀ, ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ। ਖਬਰ ਨਾਲ ਅੰਤ ਤੱਕ ਜ਼ਰੂਰ ਬਣੇ ਰਹਿਣਾ। ਜਿਨ੍ਹਾਂ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣ। ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ। ਓਵਰਲੋਡ ਟਰੱਕ ਨੇ ਅਚਾਨਕ ਮਾਰੀ ਬ੍ਰੇਕ, ਹਾਦਸੇ ਦਾ ਸ਼ਿਕਾਰ ਬਣੇ ਕਾਰ ਸਵਾਰ ਦੀ ਮੌਤ। ਇਸ ਦੇ ਨਾਲ ਹੀ ਨੈਸ਼ਨਲ ਹਾਈਵੇ 'ਤੇ ਪੈਂਦੇ ਪਿੰਡ ਆਨੰਦਪੁਰ ਦੇ ਲਾਗੇ ਵਾਪਰੇ ਭਿਆਨਕ ਸੜਕ ਹਾਦਸੇ ਦੌਰਾਨ ਕਾਰ ਸਵਾਰ ਵਿਅਕਤੀ ਦੀ ਥਾਈ ਮੌਤ ਹੋ ਗਈ। ਦਰਅਸਲ ਓਵਰਲੋਡ ਟਰੱਕ ਦੇ ਅਚਾਨਕ ਚਾਲਕ ਦੇ ਰਾਹ 'ਤੇ ਇੱਕਦਮ ਬ੍ਰੇਕ ਮਾਰੀ, ਸਿੱਟੇ ਵਜੋਂ ਪਿੱਛੋਂ ਆ ਰਹੀ ਕਾਰ ਟਰੱਕ ਨਾਲ ਟਕਰਾਈ ਅਤੇ ਭਿਆਨਕ ਹਾਦਸਾ ਦੌਰਾਨ ਕਾਰ ਚਾਲਕ ਦੀ ਮੌਕੇ 'ਤੇ ਮੌਤ ਹੋ ਗਈ। ਇਸ ਮਾਮਲੇ ਸੰਬੰਧਿਤ ਥਾਣਾ ਸਾਹਨੇਵਾਲ ਪੁਦੀ ਪੂਰੀ ਪੁਲਿਸ ਨੂੰ ਸ਼ਿਕਾਇਤੀ ਦਿੰਦਿਆਂ ਗਿੱਲ ਰੋਡ ਦੇ ਰਹਿਣ ਵਾਲੇ ਦਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਜੀਜੇ ਜਸਪ੍ਰੀਤ ਸਿੰਘ ਨਾਲ ਖੰਨਾ ਤੋਂ ਲੁਧਿਆਣਾ ਆ ਰਹੇ ਸਨ। ਦੋਵੇਂ ਆਪੋ ਆਪਣੀਆਂ ਕਾਰਾਂ 'ਤੇ ਆ ਰਹੇ ਸਨ। ਦਲਵਿੰਦਰ ਸਿੰਘ ਨੇ ਦੱਸਿਆ ਕਿ ਕਾਰ ਸਵਾਰ ਜਸਪ੍ਰੀਤ ਸਿੰਘ ਉਸ ਤੋਂ ਥੋੜ੍ਹੇ ਜਿਹੇ ਅੱਗੇ ਚੱਲ ਰਿਹਾ ਸੀ। ਜਿਵੇਂ ਹੀ ਜਸਪ੍ਰੀਤ ਦੀ ਕਾਰ ਨੈਸ਼ਨਲ ਹਾਈਵੇ 'ਤੇ ਪਿੰਡ ਆਨੰਦਪੁਰ ਲਾਗੇ ਪਹੁੰਚੀ ਤਾਂ ਅੱਗੇ ਚੱਲ ਰਹੇ ਓਵਰਲੋਡ ਟਰੱਕ ਚਾਲਕ ਦੇ ਅਚਾਨਕ ਬ੍ਰੇਕ ਮਾਰੀ ਅਤੇ ਜਸਪ੍ਰੀਤ ਦੀ ਕਾਰ ਨੂੰ ਸੰਤੁਲਨ ਵਿਗੜਿਆ ਅਤੇ ਕਾਰ ਨਾਲ ਟੱਕਰ ਹੋ ਗਈ। ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ। ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ। ਧੰਨਵਾਦ।